ਤੁਹਾਨੂੰ ਜੀ ਗੱਲ ਦੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਮੌਸਮ ਦੀ ਗੱਲ ਲੈ ਕੇ ਹਾਜ਼ਰ ਹਾਂ ਅੱਜ ਜਾਣਕਾਰੀ 22 ਤੋਂ ਲੈ ਕੇ 25 ਮਾਰਚ ਤੱਕ ਕੀ ਇਹਨਾਂ 3-4 ਦਿਨਾਂ ਦੇ ਵਿੱਚ ਕੀ ਮੌਸਮੀ ਹਲਚਲਾਂ ਦੇਖਣ ਨੂੰ ਮਿਲਣਗੀਆਂ ਸੋ ਗੱਲ ਕਰੀਏ ਪਹਿਲਾਂ 22 ਤਰੀਕ ਦੀ ਤਾਂ ਅੱਜ ਮੌਸਮ ਫਿਲਹਾਲ ਠੀਕ ਠਾਕ ਰਹੂਗਾ ਅਸਮਾਨ ਦੇ ਵਿੱਚ ਹਲਕੇ ਫੁਲਕੇ ਬੱਦਲਾਂ ਦੀ ਜਿਹੜੀ ਆਵਾਜ਼ਾਈ ਬਣੀ ਰਹੇਗੀ ਜਿਸ ਕਰਕੇ ਧੁੱਪ ਕੁਝ ਕੁਝ ਇਲਾਕਿਆਂ ਵਿੱਚ ਥੋੜੀ ਬਹੁਤ ਹਲਕੀ ਫੁਲਕੀ ਮੱਧਮ ਦੇਖਣ ਨੂੰ ਮਿਲ ਸਕਦੀ ਹੈ ਪਰ ਕੋਈ ਮੌਸਮ ਦਾ ਕੋਈ ਖਾਸ ਵੱਡਾ ਬਦਲਾਅ ਅੱਜ ਨਹੀਂ ਆਵੇਗਾ ਹਵਾਵਾਂ ਮੁੱਤਰ ਪੱਛ ਤੇ ਦਿਨ ਦੇ ਵੇਲੇ ਮੌਸਮ ਫਿਲਹਾਲ ਠੀਕ ਠਾਕ ਹੀ ਬਣਿਆ ਰਹੇਗਾ ਤੇ ਉਸ ਤੋਂ ਬਾਅਦ ਗੱਲ ਕਰੀਏ ਕੱਲ 23 ਮਾਰਚ ਨੂੰ ਵੀ ਮੌਸਮ ਦੇ ਵਿੱਚ ਫਿਲਹਾਲ ਕੋਈ ਜਿਆਦਾ ਵੱਡੀ ਹਲਚਲ ਨਹੀਂ ਹੈ ਠੀਕ ਠਾਕ ਹੀ ਰਹੂਗਾ ਹਲਕੇ ਫੁਲਕੇ ਬੱਦਲਾਂ ਦੀ ਜਿਹੜੀ ਆਵਾਜ਼ ਆਈ ਆ ਉਹ ਥੋੜੀ ਜਿਹੀ ਵੱਧ ਜਾਵੇਗੀ ਤੇ ਮੌਸਮ ਦੇ ਵਿੱਚ ਜਿਹੜਾ ਪਰਵਰਤਨ ਹੈ 23 ਮਾਰਚ ਆਪਾਂ ਨੂੰ ਸ਼ਾਮ ਦੇ ਵੇਲੇ ਤੋਂ ਦੇਖਣ ਨੂੰ ਮਿਲ ਸਕਦਾ ਹੈ ਹੋ ਸਕਦਾ ਹੈ ਕਿ ਸ਼ਾਮ ਦੇ ਆਸ-ਪਾਸ ਕੁਝ ਇਲਾਕਿਆਂ ਵਿੱਚ ਗਰਦ ਚੰਕ ਵਾਲੇ ਬੱਦਲ ਬਣ ਸਕਦੇ ਨੇ ਤੇ ਅਚਾਨਕ ਕੁਝ ਭਾਗਾਂ ਵਿੱਚ ਮੀਂਹ ਦੇ ਸ਼ਰਾਟੇ ਵੀ ਹਲਕੇ ਦਰਮਿਆਨੇ ਦੇਖਣ ਨੂੰ ਮਿਲ ਸਕਦੇ ਨੇ ਪੈਚੀ ਰੂਪ ਦੇ ਵਿੱਚ ਤੇ ਉਸ ਤੋਂ ਬਾਅਦ 24 ਤਰੀਕ ਤੋਂ ਮੌਸਮ ਦਾ ਜਿਹੜਾ ਬਦਲਾਅ ਥੋੜਾ ਜਿਹਾ ਵਧੇਗਾ ਥੋੜਾ ਜਿਹਾ ਮੌਸਮ ਦਾ ਜਿਹੜਾ ਮિજાਜ ਆ ਉਦਗੜ ਚਮਕ ਵਾਲੇ ਬੱਦਲ ਹੋਗੇ ਬਿਜਲੀ ਰੇਸ਼ਕਣ ਦੇ ਜਿਹੜੇ ਮਾਹੌਲ ਨੇ ਕੁਝ ਇਲਾਕਿਆਂ ਵਿੱਚ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਤੇ ਬੱਦਲਾਂ ਦੀ ਸੰਘਣੀ ਆਵਾਜ਼ ਹੀ ਦੇਖਣ ਨੂੰ ਮਿਲੇਗੀ ਇਹ ਜਿਹੜਾ ਮੌਸਮ ਦੇ ਵਿੱਚ ਸਿਸਟਮ ਆ ਰਿਹਾ ਹੈ ਲਗਭਗ 24 ਤੋਂ ਲੈ ਕੇ 25 ਮਾਰਚ ਤੱਕ ਆਪਣਾ ਪ੍ਰਭਾਵ ਦਿਖਾਉਂਦਾ ਰਹੇਗਾ ਸੋ ਇਹਨਾਂ ਦੋ ਦਿਨਾਂ ਦੇ ਵਿੱਚ ਆਪਾਂ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹਲਕੇ ਤੋਂ ਲੈ ਕੇ ਦਰਮਿਆਨਾ ਤੇ ਕੁਝ ਹਿੱਸਿਆਂ ਵਿੱਚ ਦਰਮਿਆਨੇ ਤੋਂ ਥੋੜਾ ਜਿਆਦਾ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਹੈ ਲਗਭਗ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹੇ ਇਸ ਦੇ ਅੰਡਰ ਕਵਰ ਆਉਣਗੇ ਜਿਹੜੇ ਕਿ ਹਲਕੇ ਤੋਂ ਲੈ ਕੇ ਭਾਰੀ ਮੀਂਹ ਤੱਕ ਸੀਮਤ ਰਹਿ ਸਕਦੇ ਨੇ ਕੁਝ ਹਿੱਸਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਅਤੇ ਕੁਝ ਪਾਗਾਂ ਵਿੱਚ ਦਰਮਿਆਨੇ ਤੋਂ ਭਾਰੀ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਹੈ ਮੇਨ ਤੌਰ ਤੇ ਪੰਜਾਬ ਦੇ ਜਿਹੜੇ ਪੱਛਮੀ ਖੇਤਰ ਮੱਧ ਪੰਜਾਬ ਅਤੇ ਜਿਹੜੇ ਦੱਖਣੀ ਖੇਤਰ ਨੇ ਤਾਂ ਇਨ੍ਹਾਂ ਇਲਾਕਿਆਂ ਦੇ ਵਿੱਚ ਬਾਕੀ ਭਾਗਾਂ ਦੇ ਮੁਕਾਬਲੇ ਥੋੜਾ ਜਿਆਦਾ ਜ਼ਿਆਦਾ ਮੀਂਹ ਪੈਣ ਦੇ ਅਸਰ ਬਣ ਸਕਦੇ ਨੇ ਤੇ ਬਾਕੀ ਪੂਰੀ ਐਕਿਊਰੇਟ ਜਿਹੜੀ ਜ਼ਿਲ੍ਹਿਆਂ ਦੇ ਹਿਸਾਬ ਨਾਲ ਜਾਣਕਾਰੀ ਆ ਉਹ ਆਪਾਂ ਅਗਲੇ ਦਿਨਾਂ ਦੇ ਵਿੱਚ ਡੇਲੀ ਅਪਡੇਟ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਮੌਸਮ ਦੇ ਵਿੱਚ ਜਿਹੜਾ ਉਤਰਾ ਚੜ੍ਹਾ ਲਗਾਤਾਰ ਆਉਂਦੇ ਰਹਿੰਦੇ ਨੇ ਮੀਂਹ ਦੇ ਹਾਲਾਤ ਵਾਦੇ ਕੱਟਦੇ ਰਹਿੰਦੇ ਨੇ ਤੋ ਇਸ ਤਰ੍ਹਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜਾ ਇਸ ਮਹੀਨੇ ਦਾ ਆਖਰੀ ਸਿਸਟਮ ਜਿਹੜਾ ਤਕੜਾ ਸਿਸਟਮ ਵੀ ਕਹਿ ਸਕਦੇ ਹਾਂ 24-25 ਨੂੰ ਪੰਜਾਬ ਨੂੰ ਪ੍ਰਭਾਵਿਤ ਕਰੇਗਾ ਤੇ ਪੰਜਾਬ ਦੇ ਵਿੱਚ ਫਿਰ ਕਈ ਭਾਗਾਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਨਾਲ ਹਨੇਰੀ ਗਰਜ ਚਮਕ ਤੇ ਕੁਝ ਭਾਗਾਂ ਵਿੱਚ ਗੜੇਮਾਰੀ ਤੋਂਨ ਕਾਰ ਨਹੀਂ ਕਰ ਸਕਦੇ ਕਿਉਂਕਿ ਹੁਣ ਥੋੜੀ ਜੀ ਤੁੱਪ ਲੱਗਣ ਦਾ ਟੈਂਪਰੇਚਰ ਇੱਕ ਵਾਰ ਫਿਰ ਥੋੜੀ ਜੀ 2-4 ਡਿਗਰੀ ਵਧੇ ਨੇ ਤਾਂ ਜਦੋਂ ਇੱਕਦਮ ਟੈਂਪਰੇਚਰ ਡਾਊਨ ਆਉਣਗੇ ਤਾਂ ਉਸ ਦੇ ਚਲਦੇ ਗੜੇਮਾਰੀ ਦੇ ਹਾਲਾਤ ਕਈ ਭਾਗਾਂ ਵਿੱਚ ਬਣ ਸਕਦੇ ਨੇ ਤੇ ਅਸਥਾਈ ਰੂਪ ਵਿੱਚ ਜਿਹੜੀ ਥੋੜੀ ਬਹੁਤ ਠੰਡ ਲਗਭਗ 25 ਮਾਰਚ ਦੇ ਆਸ-ਪਾਸ ਕੁਝ ਇਲਾਕਿਆਂ ਵਿੱਚ 21-22 ਡਿਗਰੀ ਤੱਕ ਥੱਲੇ ਆ ਸਕਦਾ ਹੈ ਤੇ ਬਾਕੀ ਅਗਲੀ ਲਗਾਤਾਰ ਅਪਡੇਟ ਪ੍ਰਾਪਤ ਕਰਦੇ ਰਹੋ ਇਸ ਲਈ ਚੈਨਲ ਪੰਜਾਬ ਵੈਦਰ ਨਾਲ ਬਨੇ ਰਹੋ ਹੁਣ ਇਜਾਜ਼ਤ ਦਿਓ ਧੰਨਵਾਦ ਜੀ